ਜੀ ਹੁਣ ਬਸ ਆਪਾਂ ਤਿਆਰੀ ਤੁਰੀ ਖਿੱਚ ਲਈ ਤੇ ਅੱਗੇ ਚੱਲਦੇ ਆ। ਆ ਵੇਖ ਕਿੱਧਰ, ਆ ਵੇਖ ਕਿੱਧਰ ਹੱਥ ਪਾਉਂਦਾ ਵਲੌਗ ਦੇ ਵਿੱਚ ਆਊਗਾ ਤੇਰੀ ਭੈਣ ਨੂੰ ਆ ਮੋੜ ਦੇਖੋ ਇਹ ਹੁਣ ਤੁਸੀਂ ਸਾਰਾ ਕੁਝ ਸੰਗ ਚ ਲਿਆਉਣ ਵਾਲਾ ਮੋੜ ਆ ਬਾਪਿਓ ਪੈਦਲ ਯਾਤਰਾ ਸ਼ੁਰੂ ਕਰ ਚੁੱਕੇ ਆ ਉਹ ਗੱਲਾਂ ਦੱਸਦਾ ਜਿਹੜੀਆਂ ਕਿਸੇ ਨੇ ਨਹੀਂ ਦੱਸਣੀਆਂ। ਆ ਬਾਈ ਮਿਲ ਗਿਆ ਆਪਾਂ ਨੂੰ ਕਹਿੰਦੇ ਵਲੌਗ ਬਣਾਉਣਾ ਫਾਸਟ ਡਰਾਈਵ ਕੁੱਡ ਵੀ ਲਾਸਟ ਡਰਾਈਵ ਬਾਪਿਓ ਘੋੜਿਆਂ ਦੇ ਬਹਿਣ ਦਾ ਕੋਈ ਫਾਇਦਾ ਨਹੀਂ ਚੀਕਾਂ ਕਢਾਉਂਦੇ ਨੇ ਇਹ ਤਾਂ ਬਾਪਿਓ ਪੁਲ ਹਿਲਦਾ ਸਾਰਾ ਕੁਝ ਸੰਗ ਚ ਆਉਂਦਾ ਮੈਨੂੰ ਬਾਈ ਕਹਿੰਦਾ ਘੋੜਾ ਲੈਣਾ ਮੈਂ ਕਿਹਾ ਨਹੀਂ ਬਾਈ ਅਸੀਂ ਤਾਂ ਆਪ ਹੀ ਘੋੜੇ ਅਰਗੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੇਂ ਐਪੀਸੋਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਹੁਣ ਆਪਾਂ ਗੋਬਿੰਦ ਧਾਮ ਤੋਂ ਹੇਮਕੁੰਡ ਸਾਹਿਬ ਵੱਲ ਨੂੰ ਚੜ੍ਹਾਈ ਕਰਨ ਦੀ ਤਿਆਰੀ ਖਿੱਚ ਲਈ ਆ ਅਤੇ ਰੈਡੀ ਹੋ ਕੇ ਬੈਗ ਬੂਗ ਕੱਸ ਕੇ ਅਤੇ ਹੁਣ ਲੰਗਰ ਛੱਕ ਕੇ ਅਤੇ ਤੁਰਾਂਗੇ ਆਪਾਂ। ਪਾਣੀ ਬਹੁਤ ਠੰਡਾ ਸੀਗਾ -1°C ਵਾਲਾ ਉਹਦੇ ਨਾਲ ਨਹਾਤੇ ਹਾਂ ਅਸੀਂ ਠੰਡੇ ਪਾਣੀ ਨਾਲ। ਆਹ ਬਾਈ ਇਕੱਲਾ ਗਰਮ ਨਾਲ ਨਹਾਤਾ ਬਾਕੀ ਸਾਰੇ ਠੰਡੇ ਨਾਲ ਨਜ਼ਾਰਾ ਆ ਗਿਆ। ਹੁਣ ਬਸ ਆਪਾਂ ਤਿਆਰੀ ਤੁਰੀ ਖਿੱਚ ਲਈ ਤੇ ਅੱਗੇ ਚੱਲਦੇ ਆ। ਹਾਂਜੀ ਤੇ ਹੁਣ ਆਪਾਂ ਇਧਰੋਂ ਲੰਗਰ ਛੱਕ ਕੇ ਮੱਥਾ ਟੇਕ ਕੇ ਦਰਸ਼ਨ ਕਰਕੇ ਹਨਾ ਤੇ ਬੂਟ ਬੈਗ ਚੱਕ ਲਿਆ ਕੈਰੀ ਕਰ ਲਿਆ ਕਿੱਟਾਂ ਕੁੱਟਾਂ ਹੁਣ ਬਸ ਖਿੱਚਦੇ ਆ ਤਿਆਰੀ। ਅੱਗੇ 4 ਕਿਲੋਮੀਟਰ ਤੱਕ ਟੈਕਸੀ ਗੱਡੀ 'ਤੇ ਜਾਣਾ ਪਊਗਾ ਉਦੋਂ ਬਾਅਦ 'ਚੋਂ ਪੈਦਲ ਯਾਤਰਾ ਸ਼ੁਰੂ ਕਰਾਂਗੇ ਜੀ। ਬੂ ਕਿੱਡੇ ਕਿੱਡੇ ਪਹਾੜ ਉੱਤਰਾਖੰਡ ਵਾਲਿਆਂ ਕੋਲ ਐਡੇ ਐਡੇ ਹੁੰਦੇ ਆ ਬਾਬੇ ਉਹ ਬਰਫ ਵਾਲੇ ਪਹਾੜ। ਗੋਬਿੰਦ ਘਾਟ ਵੱਲ ਚਾਲੇ ਪਾ ਦਿੱਤੇ ਆ ਸੰਗਤਾਂ ਨਾਲ ਹਨਾ ਤੇ 4 ਕਿਲੋਮੀਟਰ ਵਾਟ ਗੱਡੀ ਦਾ ਸਫ਼ਰ ਕਰਕੇ ਅੱਗੇ ਪੈਦਲ ਯਾਤਰਾ ਸ਼ੁਰੂ ਕਰਾਂਗੇ ਤੇ ਵੇਖੀ ਚੱਲਿਓ ਆਹ ਸੰਗਤਾਂ ਸਾਡੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਜਗਾਰਾਂ ਵਾਲਾ ਬੋਲੇ ਸੋਹਣਿਆ ਬਹੁਤ ਡੇਂਜਰ ਮੋਡ ਨੇ ਹਾਈ ਫਾਈ ਡਰਾਈਵਰ ਆ ਇੱਧਰ ਹੀ ਸਾਡਾ ਬਹੁਤ ਹੀ ਡੂੰਘਾ ਕੰਮ ਆ ਮੋੜ ਅੱਗੇ ਕਿਹੋ ਜਿਹਾ ਆ ਮੋੜ ਦੇਖੋ ਇਹ ਹੁਣ ਤੁਸੀਂ ਸਾਰਾ ਕੁਝ ਸੰਗ ਚ ਲਿਆਉਣ ਵਾਲਾ ਮੋੜ ਆ ਇੱਥੇ ਰੱਖ ਇੱਥੇ ਰੱਖ ਇਹ ਬੋਸ ਓਏ ਆ ਗਿਆ ਬਾਬੇ ਉਹ ਬਾੜੀ ਘੈਂਟ ਗੱਡੀ ਆ ਆ ਦੇਖੋ ਇੱਧਰ ਇੱਧਰ ਹੀ ਸਾਈਡ ਕੇ ਨਾਲ ਜਾ ਕੰਮ ਪੈਦਲ ਸੰਗਤਾਂ ਵੀ ਜਾ ਰਹੀਆਂ ਕਈ ਹਾਂਜੀ ਤੇ ਗੱਡੀ ਪਹੁੰਚ ਚੁੱਕੀ ਹੈ ਯਾਰ ਮਿੰਟੋ ਮਿੰਟ ਹੀ ਲਾਦਾ ਬਾਈ ਨੇ ਆਹ ਉਹਨਾਂ ਚਿਰ ਬੈਗ ਵੀ ਆਪਣੇ ਪਹਾੜ ਪੂੜ ਵੇਖੋ ਹਾਂਜੀ ਬਾਬਿਓ ਪੈਦਲ ਯਾਤਰਾ ਸ਼ੁਰੂ ਕਰ ਚੁੱਕੇ ਆ ਨਾਲ ਆਪਣੇ ਪਿੱਛੇ ਪਿੱਛੇ ਸੰਗਤ ਤੁਰੀ ਆਉਂਦੀ ਹੈ ਇੱਧਰਲੀ ਸਾਈਡ ਬਾਈ ਹੁਣ ਚੱਕ ਹੱਥ ਕੈਟ ਆਪਾਂ ਮੂਹਰੇ ਪਾਲੀ ਆ ਮੂਹਰੇ ਸੌਖਾ ਰਹਿੰਦਾ ਕੰਮ ਚੜ੍ਹਾਈ ਬਹੁਤ ਆ 45° ਤੇ ਖੜਮੀ ਆ ਜਾਵਾਂ ਬਾਬਿਓ ਵਾਹਵਾ ਤਾਂ ਆ ਗਿਆ ਬਿਨਾਂ ਰੁਕੇ ਮੁੜਕੋ ਮੁੜਕੀ ਆ ਕੰਮ ਠੀਕ ਆ ਚੜ੍ਹਾਈ ਬਹੁਤ ਆ ਪਰ ਦਬਣ ਵਾਲੀ ਕੋਈ ਗੱਲ ਨਹੀਂ ਜੀ ਘੇਰਾ ਦਾ ਮਹਾਰਾਜ ਦੀ ਕਿਰਪਾ ਨਾਲ ਅੱਗੇ ਤੁਰਿਆ ਜਾਂਦਾ ਸੇਵਾਦਾਰ ਬਾਬੇ ਦਾ ਅਤੇ ਬਸ ਇੱਥੋਂ ਆ ਮਗਰ ਦੁਕਾਨਾਂ ਹੀ ਦੀਆਂ ਜਿਹੜੀਆਂ ਤੁਹਾਨੂੰ ਇੱਥੋਂ ਇੱਕ ਪਾਣੀ ਦੀ ਬੋਤਲ ਲਈ ਕਿਉਂਕਿ
ਜ਼ਰੂਰੀ ਆ ਪਾਣੀ ਯਾਰ, ਬਾਹਲਾ ਪੀਵੇ ਨਾ ਬੰਦਾ, ਥੋੜ੍ਹਾ ਥੋੜ੍ਹਾ ਪੀ ਲੇ। ਅਤੇ ਮੇਰੇ ਸਾਥੀ ਤਾਂ ਮੈਨੂੰ ਕਿਤੇ ਦਿੰਦੇ ਨਹੀਂ ਨੇੜੇ, ਪਤਾ ਨਹੀਂ ਕਿੱਧਰ ਗਏ, ਮਗਰ ਰਹਿ ਗਏ, ਆ ਜਾਣਗੇ ਚਲੋ। ਪਰ ਯਾਰ ਔਖਾ ਔਖਾ ਹੈ ਨਹੀਂ ਗਾ ਇੰਨਾ ਕੰਮ, ਸੈੱਟ ਯਾਰ ਨੱਪੀ ਆਓ ਗੱਲੀ, ਕੰਮ ਤਾਂ ਖੜਾ ਜਾ ਜਾਂ ਪਹਾੜ 'ਤੇ ਚੜ੍ਹ ਗਿਆ ਹੋ ਜਾਂ ਕੰਧ 'ਤੇ ਚੜ੍ਹ ਗਿਆ, ਉਹ ਗੱਲ ਹੀ ਆ। ਇੱਕ ਗੱਲ ਆ ਯਾਰ, ਕੁਛ ਵੀ ਔਖਾ ਨਹੀਂ, ਐਵਰੀਥਿੰਗ ਇਜ਼ ਪੋਸੀਬਲ, ਜੇ ਇਹ ਵੀ ਤਾਂ ਖਿਆਲ ਰੱਖਿਓ, ਠੀਕ ਆ। ਇਹਦਾ ਮਤਲਬ ਪੰਜਾਬੀ 'ਚ ਇਹ ਆ, ਹਰ ਇੱਕ ਚੀਜ਼ ਸੰਭਵ ਆ, ਕੋਈ ਚੱਕਰ ਵਾਲੀ ਗੱਲ ਨਹੀਂ ਯਾਰ। ਆ ਆਪਾਂ ਨੂੰ ਕਾਹੇ ਦੀ ਟੈਰੇ ਦੀ ਪਰਵਾਹ ਨਹੀਂ, ਕਿਰਪਾ ਮਾਲਕ ਦੀ। ਬਾਬੇ ਤੁਹਾਨੂੰ ਦੋ ਤਿੰਨ ਗੱਲਾਂ ਦੱਸਦਾ ਜ਼ਰੂਰੀ, ਜਿਹੜੀਆਂ ਕਿਸੇ ਨੇ ਨਹੀਂ ਦੱਸਣੀਆਂ, ਉਹ ਗੱਲਾਂ ਦੱਸਦਾ ਜਿਹੜੀਆਂ ਕਿਸੇ ਨੇ ਨਹੀਂ ਦੱਸਣੀਆਂ, ਦੱਸਦਾ ਠਹਿਰ ਜਾਓ ਬਾਈ। ਕੋਟ ਕਾਰਡ ਕਾਹੇ ਦੀ ਲੋੜ ਨਹੀਂ, ਇੱਕ ਕੋਟ ਨਿੱਕਾ ਜਿਹਾ ਨਾਲ ਲੈ ਚੱਲੋ ਜੇ, ਨਹੀਂ ਉਹਦੀ ਵੀ ਨਹੀਂ ਲੋੜ, ਠੀਕ ਆ। ਉੱਤੇ ਜਾ ਕੇ ਜੇ ਲੋੜ ਪਈ ਤਾਂ ਪਾਉਣ ਵਾਸਤੇ, ਇੱਥੇ ਕੋਈ ਲੋੜ ਨਹੀਂ, ਇੱਥੇ ਇਕੱਲੀ ਟੀ ਸ਼ਰਟ ਬਣਾ ਬਣਾ ਨਹੀਂ ਲਿਆਓ, ਮੁੜਕ ਮੁੜਕ ਹੀ ਹੁੰਦਾ ਕੰਮ, ਪੂਰੀ ਫੁੱਲ ਧੁੱਪਾ, ਠੀਕ ਆ ਨਾ ਬਾਬੇ। ਜਿਹੜਾ ਬੰਦਾ ਫਿੱਟ ਆ ਨਾ ਮੇਰੇ ਵਾਂਗੂ, ਇੱਕ ਥਾਂ 'ਤੇ ਬਣਾ ਰੁਕੋ ਜੇ, ਜੇ ਰੁਕੇ ਤੁਹਾਡਾ ਹੌਂਸਲਾ ਟੁੱਟੂਗਾ, ਠੀਕ ਆ। ਮੈਂ ਸਰੀਰ ਠੰਡਾ ਪਊਗਾ, ਬਸ ਹੌਲੀ ਹੋ ਜਾਓ ਜੇ, ਤੁਰੇ ਆਓ ਜੇ, ਦਬਣ ਵਾਲੀ ਗੱਲ ਹੀ ਨਹੀਂ। ਅਤੇ ਇੱਕ ਗੱਲ ਹੋਰ, ਜਿਵੇਂ ਮੰਨ ਲਓ ਚੜ੍ਹਾਈ ਚੜ੍ਹਦੇ ਹਾਂ, ਉਹ ਤਾਂ ਕੋਈ ਚੱਕਰ ਨਹੀਂ, ਜਦੋਂ ਥੱਲੇ ਉੱਤਰਦੇ ਹਾਂ ਆਪਾਂ ਲੱਤਾਂ 'ਤੇ ਭਾਰ ਨਹੀਂ ਪਾਉਣਾ, ਠੀਕ ਆ। ਜੇ ਲੱਤਾਂ 'ਤੇ ਭਾਰ ਪਾਵਾਂਗੇ ਉਨੀਆਂ ਦੁਖਣਗੀਆਂ, ਨਾ ਕੰਬਣਗੀਆਂ, ਰੈਲਾ ਹੋ ਕੇ ਛੱਡ ਦਿਓ, ਕੁੱਲ ਮਿਲਾ ਕੇ ਰੇਸ ਨਹੀਂ ਕਰਨੀ, ਬਸ ਗੇਅਰ 'ਚ ਪਾ ਕੇ ਕਲੱਚ ਛੱਡ ਦੇਣਾ ਹੌਲੀ ਕਿ ਦੇਣੇ, ਬਸ ਤਿਲਕਣ ਤੋਂ ਬਚਾ ਕੇ ਆਪਦਾ ਰੈਸਕ 'ਤੇ ਮੇਰਾ ਬਾਈ, ਠੀਕ ਆ। ਅਤੇ ਰਹਿੰਦੀ ਗੱਲ ਸ਼ਾਰਟਕੱਟਾਂ ਦੀ ਯਾਰ, ਸ਼ਾਰਟਕੱਟ ਇੱਕ ਦੋ ਜਿਹੜਾ ਲੱਗਦਾ ਹੋਇਆ ਵੀ ਸੌਖਾ ਜਿਹਾ, ਉਹ ਮਾਰ ਲਿਓ ਜੇ, ਉਨਾ ਹੀ ਸੌਖਾ ਰਹਿੰਦਾ ਬੰਦਾ ਮੇਰੇ ਹਿਸਾਬ ਨਾਲ ਤਾਂ, ਬਸ ਨਿਗਾਹ ਨਾਲ ਤੜਕਣ ਤੁੜਕਣ ਤੋਂ ਬਚਾ ਕੇ, ਪੂਰਾ ਫਰਕ ਪੈਂਦਾ ਸ਼ਾਰਟਕੱਟ ਨਾਲ। ਸ਼ਾਰਟਕੱਟ ਮਾਰ ਕੇ ਰੁਕਣਾ ਨਹੀਂ, ਹੌਲੀ ਹੋ ਜਾਓ ਰੁਕਣਾ। ਬਾਈ ਮਿਲ ਗਿਆ ਆਪਾਂ ਨੂੰ, ਕਹਿੰਦੇ ਬਲੌਗ ਬਣਾਉਣਾ, ਮੈਂ ਕਿਹਾ ਆ ਜਾਓ ਬਾਈ, ਤੁਹਾਡੀ ਵੀ ਫੋਟੋ ਆ ਗਈ ਟੈਲੀਵਿਜ਼ਨ ਬਣਾਏਗੇ। ਹਾਂ ਕਿਹੜਾ ਚੈਨਲ, ਕਿੱਥੇ ਵੀ ਕੀ ਨਾਮ ਕਿਹੜਾ ਬਾਈ? ਗੁਰ ਪਿਆਰ 47 ਵੀਰੇ, ਦੋ ਜਣਿਆਂ ਦੇ ਕੱਪੜੇ ਆ, ਮੂਹਰੇ ਡੰਗ ਲਓ, ਮੂਹਰੇ ਪਤਾ ਨਹੀਂ ਲੱਗਦਾ ਬੈਗ ਹੈਗਾ ਕਿ ਨਹੀਂ, ਐਕਸਪੀਰੀਅੰਸ ਕਰਕੇ ਵੇਖੋ। ਸੰਗਤ ਬਹੁਤ ਆ, ਕੋਈ ਘਾਟਾ ਨਹੀਂ, ਸਾਰੇ ਜਣੇ ਆਓ ਦਰਸ਼ਨ ਕਰੋ। ਜੇ ਬਾਈ ਤੁਸੀਂ ਇੱਥੋਂ ਤੀਕਰ ਵੀਡੀਓ ਵੇਖ ਲਈ ਆ ਨਾ, ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਆ। ਅਤੇ ਆਪਾਂ ਐਂ ਨਹੀਂ ਕਹਿੰਦੇ, ਕਮੈਂਟ ਕਰੋ, ਫੜਾਨਾ ਕਰੋ, ਮੇਰੇ ਨਾਲ ਬੋਲ ਦਿਓ ਵਾਹਿਗੁਰੂ 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 ਵਾਹਿਗੁਰੂ, ਠੀਕ ਆ ਨਾ। ਅੱਗੇ ਬਾਬਿਓ ਕਾਸੇ ਦਾ ਘਾਟਾ ਨਹੀਂ, ਜਮਾਂ ਕਲੀਨ ਫਰੈਸ਼ ਏਅਰ, ਵਧੀਆ ਸਮੈਲ। ਪਰ ਪਿੱਛੇ ਯਾਰ ਜਿੱਥੇ ਸ਼ੁਰੂ ਕਰਦੇ ਹਾਂ, ਉੱਥੇ ਇੱਕ ਡੇਢ ਕਿਲੋਮੀਟਰ ਤੱਕ ਹੈ ਨਾ ਮਿੱਟੀ ਮੁੱਟੀ ਪੂਰੀ ਉੱਡਦੀ ਆ। ਸਭ ਤੋਂ ਜਿਹੜੀ ਗੱਲ ਆ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ, ਉਹ ਹੈਗੀ ਆ ਬਾਈ ਘੋੜਿਆਂ ਦਾ ਮੁਸ਼ਕਾਟ ਆ, ਸਿੱਧੀ ਜਿਹੀ ਗੱਲ ਆ, ਜਿਹੜੀ ਚੀਜ਼ ਹੈਗੀ ਆ ਉਹ ਹੀ ਆਖਾਂਗੇ। ਘੋੜਿਆਂ ਦਾ ਬਾਈ ਸਮੈਲ ਬਹੁਤ ਗੰਦੀ ਮਾਰਦੀ ਆ, ਨੱਕ ਦਾ ਹੀ ਸੈਂਟ ਬੰਨਿਆ ਉਹ, ਜੇ ਮੈਂ ਤਾਂ ਕਹਿੰਦਾ। ਜਦੋਂ ਦਾ ਤੁਰਿਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ, ਘੰਟਾ ਘੰਟੇ ਤੋਂ ਤਾਂ ਉੱਤੇ ਹੀ ਹੋ ਗਿਆ, ਮੇ ਵੀ ਉਹਨਾਂ ਦਾ ਰੁਕਿਆ ਨਹੀਂ ਜੱਟ, ਮਿਹਰ ਆ ਬਾਬੇ ਦੀ। ਇੱਕ ਯਾਰ ਜਿਹੜੇ ਬੰਦੇ ਫਿੱਟ ਨੇ ਉਹ ਤਾਂ ਬਈ ਵਗਿਆ, ਉਹ ਜਿਹੜੇ ਕੋਈ ਵੀ ਆ ਹੈ ਨਾ ਹੌਲੀ ਤੁਰਦੇ ਆ, ਜ਼ੋਰ ਤਾਂ ਉਨਾ ਹੀ ਲੱਗਣਾ, ਸਾਹ ਤਾਂ ਉਨਾ ਹੀ ਚੜ੍ਹਨਾ, ਵਗਿਆ ਬਸ। ਬਾਈ ਨੇ ਆਪਾਂ ਨੂੰ ਹੈਲੋ ਕਰਤੀ, ਹੋਰ ਬਾਈ ਕੀ ਹਾਲ ਆ? ਕਿੰਨਵੀਂ ਵਾਰ ਆਇਆ ਬਾਈ? ਸੱਤਵੀਂ ਵਾਰ ਆਇਆ ਬਾਈ, ਦੇਖ ਲਓ। ਮੈਂ ਬਾਈ ਪਹਿਲੀ ਵਾਰ ਆਇਆ, ਆਪਣਾ ਬਾਈ ਗੁਰਪਿਆਰ 47। ਇੱਥੇ ਰੇਂਜ ਨਹੀਂ ਆਉਂਦੀ ਯਾਰ ਜੀ, ਉਹਦੀ ਨੋ ਸਰਵਿਸ ਆਉਂਦਾ, ਆਪਣੇ ਆਪਣਾ ਗੱਲਾਂ ਹੀ ਮਾਰਦੇ, ਇੰਨੇ ਟਾਈਮ ਬਾਅਦ ਹੁੰਦਾ ਜਾਂਦਾ, ਊਂ ਤਾਂ ਇਕੱਲਾ ਹੀ ਆ ਮੈਂ। ਦੇਖੋ ਯਾਰ ਨਿੱਕੇ ਨਿੱਕੇ ਬੱਚੇ ਚੱਲੇ ਆ,
पूरा जोर लगा अपना टर्बो वाला इंजन आप नहीं चक्कर तोड़ दे 1800 चक्कर छड़ा वा इधर पानी आया बहुत डूंगा हम जिम्मे आ ढाल ए स्लैप बहुत लगते हैं डैस्क ब्रेक लागे होने पे ब्रेक बाले ना लाओ जिन्हें तिलक जाओगे रुकया नहीं आना पानी का खड़काट बहुत आ हम ठंडी ठंडी हवा आने लग गई नजारा जहा लग गया बाबा मार भूर ना होइए बाबा मेहर करे वाहेगुरु नापी होने गिली नौ सार वसैनी मैनू पक्का फोन ला के पुछते होने तो जो मिले गाला पैनगियां शायद इधर देखो बाबे कि ढाल फोन च नहीं एक्सपीरियंस कर सकते बहुत ढाल ए बी एस ब्रेक होने जरूरी आ एक यार जिते संगत थोड़ी ज़्यादा आई होंगी है ना मोड़ मारते जिते दुकान दुकान होंगी उत्थे हौली आने से फायदा काली का कोई फायदा नहीं फास्ट ड्राइव कुड भी लास्ट ड्राइव ओके बाबे इतने आगे तो जमा ही चक्कर टुट गए पर दाब के बंद नहीं होंगे झोटा टर्बो आ कैट अगे पाई का बहुत फायदा गांू खाई दी टोचन वाला काम ही कर दी आ पिछे पाने का कोई फायदा नहीं पता नहीं लगता मूहे का देखो दो जन के लीड़े आ भाई जाते हुए तो कोई परवाह नहीं जान आते हुए निकलू शायद देखी जाऊगी नहीं दबदे भाई मुड़का आ गया शर्ट होगी जमा गिली जमें पानी ना भ्यौती होंगी है ए सी बन गया नज़ारेदार काम लो भाई अपना तो बन गया सी पहली बार रुकया इतने मैं कितना टाइम हो गया 11:11 हो गए यार तो इतने पहली बार रुकया मैं रुकना तो है नहीं सी पर कोट जहा लाता हूँ ए सी बन गया कम नज़ारा पूरा जिमें नदी च चुभी ला गया हमने ए हो गया सारा कुछ गचो गच आ बी होर बाबा गांह जी आ गया इतने सुन सर जी थोड़ी ज्यादा होगी तो एक गल थोनू होर दसदा बई जो असं उतों तुरे से घट्टो घट 2 किलोमीटर तक है ना सह चढ़िया ऐ लगता सी भी गांह का पता ही नहीं की बनूगा है ना पर गांह आगे ना सह चढ़ता ही नहीं यार वहम कट दो सह चढ़ूगा ना अपना तो नहीं चढ़ा यह नॉर्मल हम सह तो लेना ही है बंदे ने तेज लेना थोड़ा जहा फेफड़े फुफड़े व्डे हो जाते यार उस हिसाब ना सिरा काम नप दो चौक बर्फ वाले पहाड़ विखा थानू इतने हौली जे और आए देखो किन्नी बर्फ ओके यार फोड़ जावा इधर चील के पहाड़ा ओहो चील के दरख्त आए पहाड़ मैं कहन लगा सी चील के पहाड़ा आए दरख्त एक गल थोनू अगे जाके होर दसूँगा एक मैं लगता बाबा जी मिल गए यूट्यूब वाले बाबा जी बहुत हौसला देंगे है ना यह तो एक गल हो रही यार इतने कहते जड़िया बूटिया जी बड़ी खतरनाक उन्होंने हाथ नहीं लाना तुम भी ना लाओ जी है ना कि पता किसी पता होंगे कि नहीं मैंने तो किसी ने दसता नहीं लाते कई अन जगह होंगे वह कहते नहीं होंगे कुदरत जिनी सुंदर होंगी आ उन्नी ही खतरनाक होंगी आ तो वरदान भी उन्नी दी आ ठीक है भैड़ी भी होंगी कदे कदे चारों कुछ होंगे हरेक सिक सिक्के दो पहलू होंगे हैड टेल ठीक है उही गल आ बस वाहेगुरु करते चलो आपे मालक ने सिर ते हाथ रखना मन साफ रखो आपका हौसला ना टुटन दो सब तो मेन गल ये आ मैनू लगता नहीं सी मैं रुकू मतलब बिना रुके चढ़ जूँगा इन्नी वट पर एक यार थोनू गोबिंद धाम तो लैके जो गड्डी रुक जूगी उदू अगे पैदल यात्रा शुरू करोगे है ना उतों लैके तो अगे गोबिंद घाट तक पता नहीं गोबिंद घाट का पता नहीं की आ उतों तिकर थो नैटवर्क 9 सारों से मिलेगा भावें जियो का हो भावें एयरटैल का होवें वी आई का हो भावें आपका घर तैयार कर लो जी रेंज नहीं मिलनी आपके साथियों पहले कह के आओ जी जो तुम ज़्यादा ही हो जोश वाले मेरे अगों
बाबे की मेहर आ भी भाई आप नहीं रुकना तो एक थोड़ा जा ख्याल नाल चलो जे क्योंकि कोई नाल नहीं होंगे यार कई बार कोई तिलक तुलक ही जाता है ना तिलकना बहुत आ पत्थर हौली चलो तो फिर औखा हो जाता कम यार होर अगे थोड़ा जहाँ अगे इतने मैडिकल कैंप सगा इतों अपने लै लिया भी ग्लूकोज ये बाबा जी कहते एक लीटर पानी घोल के पीना वधिया मिठा पानी लगेगा नज़ारेदार अगे बाबे वाह देखो पहाड़ अगे जाके हम आता पानी अपने को हजे पौना लीटर ये पी के अगले च पावे मैर बस हम इतें रुकया बई इतने भी पानी पी लिया मैं जोड़ा बोतल से घुट खाना सारा ग्लूकोज डोलती सी यार नवी पानी की बोतल लै ली आप चाड़ियाँ का संद तो ये हम पा लेने तो अगर खिंच आवेंगे मीटर कोई चक्कर नहीं दूजा स्टॉप आप लिया 11:37 से याद रखियो दूजा बस हम आप तुर पे नाल दी नाल ही घोल के खंड जी बिच तो लो जी लो आ गए जी सत श्री अकाल जी सत श्री अकाल वाहेगुरू जी का खालसा वाहेगुरू जी की फतेह कितों आए भाई किन्नवी बार ठीक है भाई मैं भी पहली बार आ रही हूं हाँ जी भाई सारे दी करे कॉल का भला करे परमात्मा बड़ा चिर तां नहीं रुकया यार फिर इंजन ठंडा हो जाता तुहानू पता बाबे घोड़िया बहन का कोई फायदा नहीं चीका कढ़ाउंदे ने गुरप्यार खोटी साहब गुरप्यार इत्थे यार नींबू पानी भी आ पिछों पुछे 30 रुपये का पता नहीं इतने चालियाँ का कि 30 का है भाई परौंठे भी आ पौड़ आ गया लोहे वाला इधर ही आना लकड़ी का सीगा आ गया भाई देख लो यार ठंडी ठंडी हवा चाचा हवा बहुत ठंडी है यार बहुत तेज हवा वगदी है इतने थले भी उतरे फिरते हैं कई आप डर लगता बिच ही रुड़ जाएंगे बहुत रुतो आप पुलते जियो की रेंज आ गई इतने बहुत लोग फोटो फाटो खेचते नहीं बाबो पुल हिलता सारा कुछ संघ चाहता इन्ना भी डरते तो वैसे ही अगर मैं हम मरे लगता नींबू यार बहुत एक्सपीरियंस वाली गल आ पहली बार तो मैं की मैनू जस्सा भाई कहना सीगा कहना भार बहुत लगना मोढ़े से साफा रखा होना वह भी भार लगेगा पता नहीं था अपना हौसला ही इन्ना बुला यार गोलद ही नहीं आप जमा ही नहीं पता लगता भार भूर का नुकरा ये नहीं दबदा इतने भी वेख लो माड़ा मोटा पता नहीं पानी का खड़का आता कि नहीं ए यार भाफा बहुत निकल दया खनी तो आंदा गर्म हो जाता रड़ रगड़ नाल उत्तों बर्फ का आता खनी मीह का आता पता नहीं गर्म आ कि ठंडा आओ देखो यार भाफा निकल दया थोड़िया थोड़िया पीलियाँ एनू नपद गड्डी आप तीजा मीडियम ला के इतने बई जोड़े बंद चक्कर तोड़े आते हैं वो घोड़ा भी ले सकते हैं मैं बई कहना घोड़ा लेना मैं क्या नहीं बई असं तो आप ही घोड़े अर्गे हाँ रुकबैन सिंह याद रखो ठीक है ना कुछ नहीं होंगे यार लोगों की गल तो करनी की है मैं आपदे आपदे हैरान हाँ भी मैं इन्ना एफिशेंट हैगा बस हौसला नहीं टुटे आप यार अपनी हर बारी यही गल होंगी ठीक है एवरीथिंग इज पॉसीबल करो या मरो नहीं ओए ये काम नहीं करना करो बस हो जूगा सब कुछ बाबे ठंडी ठार हवा लगी ए सी फेल आखो आ मक्खिया के छत्ते लगे उत्ते देखो किधर कि वाट आई बचार इतों शायद जाना भी कि मई दिला 12:30 हो गए मैं इतने पहुँच गया गोविंद धाम गां करी 2 किलोमीटर सही सलाम तो ओके रिपोर्ट आ तुसी भी हाँ जी यार बाबे हो तो इतने यार हैलीपैड जो बने हुए आवे इधरली साइड यार हैलीपैड बने इतने रुकया मैं हम तीजी करा पता नहीं तीजी करा रुकया हाँ
ਬਸ ਚੜਾਈ ਆ ਆਪਣੀ ਸਭ ਤੋਂ ਉਰੇ ਬਾਬੇ ਦੀ ਮਿਹਰ ਆ ਇੱਥੇ ਆ ਗਿਆ ਹੁਣ ਮੈਂ ਹੁਣ ਚੱਲ ਪਏ ਯਾਰ ਬੜਾ ਚਿਰ ਰੁਕਣ ਨਾਲ ਇੰਜਣ ਠੰਡਾ ਹੁੰਦਾ ਆਪਣਾ ਤੁਹਾਨੂੰ ਪਤਾ ਪਸੰਦ ਨਹੀਂ ਆ ਖਿੱਚੀ ਹੋਣੇ ਆ ਕੰਮ ਇੱਥੇ ਆ ਘਰ ਜੇ ਬਣੇ ਪਏ ਆ ਮਗਰ ਛੋਟੇ ਛੋਟੇ ਫੋਨ ਫਾਨ ਵੀ ਨਹੀਂ ਲੱਗਦਾ ਯਾਰ ਰੇਂਜ ਤਾਂ ਆਈ ਜਾਂਦੀ ਆ ਦੋ ਡੰਡੇ ਬਸ ਪਹੁੰਚ ਗਿਆ ਯਾਰ ਮੈਂ ਤਾਂ ਅਤੇ ਇੱਥੇ ਰੁਕਿਆ ਸੀਗਾ ਤਿੰਨ ਚਾਰ ਕੁ ਮਿੰਟ ਉਹ ਵੀ ਯਾਰ ਕੋਈ ਖੁਸ਼ੀ ਦੀ ਖਬਰ ਸੀ ਤੁਹਾਨੂੰ ਫਿਰ ਦੱਸੂਗਾ ਫੋਨ ਆਇਆ ਸੀਗਾ ਸਿਰੇ 'ਤੇ ਜਾ ਕੇ ਖਾਣੇ ਪੀਣੇ ਕੁਛ ਨਹੀਂ ਖਾਧਾ ਪੀਤਾ ਹਾਂਜੀ ਯਾਰ ਅਤੇ ਡੇਢ ਕੁ ਵਜੇ ਆਪਾਂ ਇੱਥੇ ਪਹੁੰਚ ਗਏ ਨਾ ਆਲੂ ਵਾਲੇ ਪਰੌਂਠੇ ਖਾਂਦੇ ਹਾਂਗੇ ਅਤੇ ਫਿਰ ਉਹਨਾਂ ਦੇ ਪਹੁੰਚਣ 'ਤੇ ਗੱਲਬਾਤ ਕਰਦੇ ਹਾਂ ਮੈਂ ਡੇਢ ਵਜੇ ਮੋਰਚਾ ਸਮਾਪਤ ਕਰਤਾ ਆਪਦਾ ਆਪਦੇ ਵੱਲੋਂ ਅਤੇ ਬਸ ਓਕੇ ਆ ਰਿਪੋਰਟ ਬਹੁਤ ਚਾਅ ਚੜਿਆ ਪਿਆ ਮੈਨੂੰ ਮੈਂ ਯਾਰ ਆਪਣੀ ਯਾਤਰਾ 9:44 ਦੇ ਸ਼ੁਰੂ ਹੋਈ ਸੀਗੀ ਹੈ ਨਾ ਉੱਥੋਂ ਜਿੱਥੇ ਗੱਡੀਆਂ ਰੁਕਦੀਆਂ ਗੋਬਿੰਦ ਧਾਮ ਤੋਂ ਅੱਗੇ ਆਉਂਦੀਆਂ 4 ਕਿਲੋਮੀਟਰ ਉਦੋਂ ਕਿ ਤੁਰਦੀਆਂ ਨਾ ਉਦੋਂ ਬਾਅਦ 'ਚ ਮੈਂ 1:20 'ਤੇ ਇੱਥੇ ਪਹੁੰਚ ਗਿਆ ਸੀਗਾ ਤੁਸੀਂ ਲਾ ਲਓ ਸਾਹਿਬ ਵੀ 13 ਕਿਲੋਮੀਟਰ ਮੈਂ ਕੱਢਤਾ 13 ਕਿਲੋਮੀਟਰ ਯਾਰ 2 ਘੰਟੇ ਅਤੇ 45 ਮਿੰਟਾਂ 'ਚ ਕੱਢਤਾ ਮੈਂ ਤੁਸੀਂ ਆਪ ਹਿਸਾਬ ਲਾ ਲਓ ਹੁਣ ਵੀ ਕਿਵੇਂ ਆਇਆ ਹੋਊਗਾ ਚਲੋ ਯਾਰ ਹੁਣ ਚਾਹ ਚੂ ਪੀ ਕੇ ਹਟੇ ਆਪਾਂ ਹੈ ਨਾ ਅਤੇ ਬਾਈ ਹੋਰੇ ਤਾਂ ਮਗਰ ਬਹੁਤ ਜ਼ਿਆਦਾ ਪਿੱਛੇ ਰਹਿ ਗਏ ਲੱਗਦਾ ਘੰਟਾ ਨਹੀਂ ਆਉਂਦੇ ਅਤੇ ਫੋਨ ਫਾਨ ਚਾਰਜ ਕਰਨ ਦਾ ਵੀ ਵੇਖਣਾ ਹੈ ਨਾ ਇਹਨਾਂ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰੋ ਸ਼ੇਅਰ ਕਰਿਓ ਤੁਹਾਨੂੰ ਪਤਾ ਹੀ ਕਮੈਂਟ ਕਰਨਾ ਹੈ ਨਾ ਭੁੱਲਿਓ ਇੱਕ ਯਾਰ ਤੁਹਾਨੂੰ ਨਾ ਕੋਈ ਖਾਸ ਗੱਲ ਦੱਸਣੀ ਹੈਗੀ ਜਿਹੜੀ ਕਿਸੇ ਨੇ ਨਹੀਂ ਦੱਸਣੀ ਇੱਕ ਤਾਂ ਮੈਂ ਪਹਿਲਾਂ ਦੱਸ ਹੀ ਚੁੱਕਿਆ ਅਤੇ ਇੱਕ ਹੋਰ ਦੱਸਣੀ ਹੈਗੀ ਉਹ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂ ਕਿਉਂਕਿ ਇਹ ਲੰਮੀ ਜ਼ਿਆਦਾ ਹੋ ਗਈ ਉਹਦੇ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਆਲ 'ਤੇ ਕਰਕੇ ਰੱਖ ਲਓ ਪਰਸੋਂ ਜਾਂ ਚੌਥੇ ਤੱਕ ਵੀਡੀਓ ਆ ਜਾਊਗਾ ਤੁਹਾਨੂੰ ਇੱਕ ਬਹੁਤ ਘੈਂਟ ਚੀਜ਼ ਦੱਸਾਂਗੇ ਆਪਣੀ ਠੀਕ ਹੈ ਜੀ ਓਕੇ।